ਨੂੰ ਸਭ ਤੋਂ ਪਹਿਲਾਂ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਬਿਕਰਮਜੀਤ ਸਿੰਘ ਚੀਮਾ, ਪਿੰਡ ਮੇਰਾ ਪਾਇਲ ਹੈ, ਜ਼ਿਲ੍ਹਾ ਲੁਧਿਆਣਾ। ਮੈਂ ਹੁਣੇ ਭਗਵੰਤ ਮਾਨ ਜੀ ਦੀ ਜਿਹੜੀ ਉਹਨਾਂ ਨੇ ਗੁਜਰਾਤ ਦੇ ਵਿੱਚ ਮੁੱਖ ਮੰਤਰੀ ਪੰਜਾਬ ਨੇ ਸਟੇਟਮੈਂਟ ਦਿੱਤੀ ਹੈ ਕਿ ਜਿਸ ਦਿਨ ਤੋਂ ਮੇਰੀ ਗਵਰਨਮੈਂਟ ਆਈ ਹੈ ਪੰਜਾਬ ਦੇ ਵਿੱਚ ਜਿਹੜੀਆਂ ਫਸਲਾਂ ਪੰਜ ਫਸਲਾਂ ਅਸੀਂ MSP ਤੇ ਖਰੀਦ ਰਹੇ ਹਾਂ। ਐਡਾ ਵੱਡਾ ਝੂਠ ਭਗਵੰਤ ਮਾਨ ਜੀ! ਝੋਨਾ ਤੇ ਜਿਹੜਾ ਕਣਕ ਹੈ, ਇਹ ਤੋਂ ਪਿਛਲੇ ਕਈ ਸਾਲਾਂ ਤੋਂ ਸੈਂਟਰ ਦੀ ਗਵਰਨਮੈਂਟ ਜਿਹੜੀ ਪਹਿਲਾਂ ਤੋਂ ਖਰੀਦਦੀ ਆ ਰਹੀ ਹੈ। ਜਿਹੜਾ ਕਪਾਹ ਤੇ ਨਰਮਾ ਹੈ, ਉਹਨੂੰ ਵੀ ਜਿਹੜੀ ਕੇਂਦਰ ਸਰਕਾਰ ਦੀ ਏਜੰਸੀ CCI ਖਰੀਦਦੀ ਹੈ। ਤੁਸੀਂ ਪਿਛਲੀ ਵਾਰ ਇੱਕ ਸਿਰਫ ਮੂੰਗੀ ਦੀ ਫਸਲ ਦੀ ਗੱਲ ਕੀਤੀ ਸੀ ਕਿ ਮੂੰਗੀ ਦੀ ਫਸਲ ਅਸੀਂ MSP ਤੇ ਖਰੀਦਾਂਗੇ। ਭਗਵੰਤ ਮਾਨ ਜੀ, ਕੇਂਦਰ ਨਾਲੋਂ ਪਹਿਲਾਂ ਤੋਂ MSP ਤੁਸੀਂ ਘੱਟ ਦਿੱਤਾ ਸੀ, ਅਤੇ ਦੂਜੀ ਗੱਲ, ਤੁਸੀਂ ਸਿਰਫ ਮੂੰਗੀ ਦੀ ਫਸਲ ਦੀ 10% ਫਸਲ ਖਰੀਦੀ ਸੀ, ਬਾਕੀ ਫਸਲ ਪੰਜਾਬ ਦੇ ਵਪਾਰੀ ਅਤੇ ਬਾਹਰਲੇ ਵਪਾਰੀਆਂ ਨੇ ਘੱਟ ਰੇਟਾਂ 'ਤੇ ਖਰੀਦੀ। ਉਹ ਜਿਹੜਾ ਰੇਟ ਦਾ ਡਿਫਰੈਂਟ ਸੀ, ਅੱਜ ਤੱਕ ਪੰਜਾਬ ਗੌਰਮੈਂਟ ਨੇ 1 ਰੁਪਈਆ ਨਹੀਂ ਦਿੱਤਾ। ਇਹ ਗੱਲਾਂ ਛੱਡੋ, ਤੁਸੀਂ ਐਡੇ ਵੱਡੇ ਝੂਠ ਬੋਲਦੇ ਹੋ ਕਿਸਾਨ ਦੇ ਨਾਂ 'ਤੇ। ਤੁਸੀਂ ਕਿਹਾ ਸੀ ਕਿ ਜਿਹੜਾ ਝੋਨੇ ਦੀ ਸਿੱਧੀ ਬਿਜਾਈ ਕਰੂਗਾ ਕਿਸਾਨ, ਮੈਂ ਉਹਨੂੰ 1500 ਰੁਪਈਆ ਪ੍ਰਤੀ ਕਿੱਲੇ ਦਾ ਦਊਂਗਾ। ਆਹ ਝੋਨੇ ਸਾਡੇ ਵੱਢਣ ਵਾਲੇ ਹੋ ਗਏ ਆ, ਪਿੱਛੇ ਵੇਖ ਲਓ, 2-4-5 ਦਿਨਾਂ 'ਚ ਵੱਢੇ ਜਾਣੇ ਆ। ਤੁਸੀਂ ਅੱਜ ਤੱਕ 1 ਰੁਪਈਆ ਕਿਸੇ ਨੂੰ ਉਹ 1500 ਰੁਪਈਆ ਕਿੱਲੇ ਦਾ ਜਿਹੜਾ ਕਿਹਾ ਸੀ ਨਹੀਂ ਦਿੱਤਾ। ਇੱਥੋਂ ਤੱਕ ਕਿ ਜਿਹੜੇ ਸਾਡੇ ਭਰਾਵਾਂ ਦਾ ਗੁਲਾਬੀ ਸੁੰਡੀ ਨਾਲ ਨਰਮਾ ਅਤੇ ਕਪਾਹ ਮਾਰੇ ਗਏ ਸੀ, ਉਹਨਾਂ ਦਾ ਮੁਆਵਜ਼ਾ ਜਿਹੜਾ ਤੁਸੀਂ ਕਿਹਾ ਸੀ ਉਹ ਅੱਜ ਤੱਕ ਨਹੀਂ ਦਿੱਤਾ। ਤੁਸੀਂ ਕਿਉਂ ਐਡੇ ਵੱਡੇ ਵੱਡੇ ਝੂਠ ਬੋਲਦੇ ਹੋ? ਮੈਂ ਲੋਕਾਂ ਨੂੰ ਕਹਿੰਦਾ ਕਿ ਜਿਹੜੇ ਝੂਠੇ ਬੰਦੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਝੂਠ ਬੋਲ ਕੇ ਸਰਕਾਰ ਬਣਾ ਕੇ ਅੱਜ ਹਰ ਕੰਮ ਤੋਂ ਭੱਜ ਰਹੇ ਆ, ਇਹਨਾਂ ਤੋਂ ਲੋਕਾਂ ਨੂੰ ਜਾਗਰਤ ਕਰਨਾ ਚਾਹੀਦਾ। ਗੁਜਰਾਤ ਦੇ ਲੋਕਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਕਿਸਾਨਾਂ ਨਾਲ ਇੱਕ ਵਾਰ ਸੰਪਰਕ ਜ਼ਰੂਰ ਕਰੋ ਔਰ ਇਹਨਾਂ ਦੇ ਅਸਲੀਅਤ ਪਤਾ ਕਰੋ, ਕਿਉਂਕਿ ਜਿਸ ਤਰ੍ਹਾਂ ਇਹਨਾਂ ਨੇ ਪੰਜਾਬ 'ਚ ਸੱਤਾ ਦੀ ਪ੍ਰਾਪਤੀ ਕੀਤੀ ਆ, ਉਸੇ ਤਰ੍ਹਾਂ ਇਹ ਚਾਹੁੰਦੇ ਆ ਕਿ ਅਸੀਂ ਗੁਜਰਾਤ 'ਚ ਝੂਠ ਬੋਲ ਕੇ ਅਸੀਂ ਕਿਤੇ ਜੋ ਮਾੜੀਆਂ ਮੋਟੀਆਂ ਵੋਟਾਂ ਲੈ ਸਕੀਏ। ਸੋ ਮੇਰੀ ਗੁਜਰਾਤ ਦੇ ਲੋਕਾਂ ਨੂੰ ਵੀ ਬੇਨਤੀ ਹੈ ਕਿ ਇਹਨਾਂ ਦੇ ਸੱਚ ਝੂਠ ਦਾ ਨਿਤਾਰਾ ਕਰਨ ਲਈ ਪੰਜਾਬ ਦੇ ਲੋਕਾਂ ਨਾਲ ਜ਼ਰੂਰ ਸੰਪਰਕ ਕਰੋ। ਸਾਰਿਆਂ ਦਾ ਧੰਨਵਾਦ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।